ਕਾਂਗਰਸ ਸਰਕਾਰ ਵੇਲੇ ਹੋਈ ਵੱਡੀ ਕਪਲੇਵਾਜੀ। ਪਿੰਡ ਦੇ ਕੁਝ ਕਾਂਗਰਸੀ ਆਗੂਆਂ ਵੱਲੋਂ ਇਸ ਗਲੀ ਦੀਆਂ ਸਰਕਾਰੀ ਇੱਟਾਂ ਸੀ ਜੋ ਉਹ ਪੁੱਟ ਲਈਆਂ ਗਈਆਂ, ਪੁੱਟ ਕੇ ਤੇ ਆਪਣੇ ਘਰ ਦੇ ਵਿੱਚ ਲਾ ਲਈਆਂ ਗਈਆਂ, ਕਈਆਂ ਨੇ ਮਕਾਨ ਬਣਾ ਲਏ। ਗਲੀ ਦੇ ਵਿੱਚ ਲੱਗੀਆਂ ਇੱਟਾਂ ਨੂੰ ਪੱਟ ਕੇ ਕਾਂਗਰਸ ਦੇ ਲੋਕਾਂ ਨੇ ਬਣਾਏ ਆਪਣੇ ਘਰ। ਇਹ ਗਲੀ ਵਾਲ ਮੈਨੂੰ ਵੇਖ ਕੇ ਤਰਸ ਆਉਂਦੇ ਆ, ਵਿਚਾਰੀ ਗਲੀ, ਵਿਚਾਰੀ ਕਿਉਂ ਲੱਗੀਆਂ ਹੋਈਆਂ ਇੱਟਾਂ ਪੁੱਟ ਕੇ ਲੋਕ ਘਰੇ ਲੈ ਗਏ ਸਰਕਾਰੀ। ਸੱਚ ਨਿਕਲ ਕੇ ਆਇਆ ਸਾਹਮਣੇ। ਉਹਨਾਂ ਜਿਹੜੀ ਝਾੜੂ ਸਰਕਾਰ ਆ ਇਹ ਇਹਨਾਂ ਨੂੰ ਬਚਾਉਣ ਤੇ ਲੱਗੀ ਆ, ਵੀ ਚੋਰਾਂ ਦਾ ਬਚਾਅ ਕਰਨ ਲਈ, ਕਿਉਂਕਿ ਹੋ ਸਕਦਾ ਕੋਈ ਨਾ ਕੋਈ ਹਿੱਸਾ ਪੱਤੀ ਹੋ ਗਈ ਹੋਵੇ। ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ। ਇਹ ਗਲੀ ਦੇ ਵਿੱਚ ਕਿਸੇ ਟਾਈਮ ਸਰਕਾਰੀ ਇੱਟ ਲੱਗੀ ਹੋਈ ਸੀ ਤੇ ਸਾਲ ਪਹਿਲਾਂ ਇਹ ਪੁੱਟ ਲਈ ਗਈ ਆ, ਸ਼ਰੇਆਮ ਦਿਨੇ ਚਿੱਟੇ ਦਿਨ ਕਿ ਸਾਡੀ ਸਰਕਾਰ ਆ, ਅਸੀਂ ਘਰਾਂ ਦੇ ਵਿੱਚ ਪੁੱਟ ਕੇ ਗਲੀਆਂ ਦੀਆਂ ਇੱਟਾਂ ਲਾ ਲਈਆਂ। ਸ਼ਬਦਾਂ ਦੀ ਤਾਕਤ ਏਵਨ ਮੀਡੀਆ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਈਸ਼ਰ ਸ਼ਰਮਾ ਸਵਾਗਤ ਕਰਦੀ ਹਾਂ। ਪੰਜਾਬ ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਸੀ ਤੇ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਵੀ ਕਾਂਗਰਸ ਦੇ ਮੁੱਖ ਮੰਤਰੀ ਸੀ ਤੇ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਦੇ ਅਹੁਦੇ ਵਜੋਂ ਆਪਣੀ ਗੱਦੀ ਸੰਭਾਲੀ ਤੇ ਜਦੋਂ ਕਾਂਗਰਸ ਦੇ ਸਰਕਾਰ ਦੇ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਵਿਕਾਸ ਕੰਮ ਕੀਤੇ ਜਾ ਰਹੇ ਸੀ ਤਾਂ ਇਸ ਦੇ ਚੱਲਦਿਆਂ ਹੀ ਕੁਝ ਪਿੰਡਾਂ ਦੇ ਵਿੱਚ ਗਲੀਆਂ ਪੱਕੀਆਂ ਕਰਵਾਈਆਂ ਗਈਆਂ, ਗਲੀਆਂ ਨਵੀਆਂ ਬਣਵਾਈਆਂ ਗਈਆਂ ਸੀ। ਜੀ ਹਾਂ, ਪਰ ਹੈਰਾਨ ਕਰ ਦੇਣ ਵਾਲਾ ਮਾਮਲਾ ਜੋ ਕਿ ਹੁਣ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਤੇ ਜ਼ਿਲ੍ਹਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਜਦੋਂ ਕਾਂਗਰਸ ਦੇ ਸਰਕਾਰ ਵੇਲੇ ਨਵੀਂ ਗਲੀ ਬਣਾਈ ਜਾਂਦੀ ਹੈ, ਨਵੀਆਂ ਟਾਈਲਾਂ ਲਗਾ ਕੇ ਗਲੀ ਨੂੰ ਤਿਆਰ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਕੁਝ ਕਾਂਗਰਸ ਦੇ ਲੋਕਾਂ ਦੇ ਵੱਲੋਂ ਗਲੀ ਦੀਆਂ ਇੱਟਾਂ ਪੱਟ ਕੇ ਆਪਣੇ ਘਰਾਂ ਦੇ ਵਿੱਚ ਲਗਾ ਲਈਆਂ ਅਤੇ ਆਪਣੇ ਮਕਾਨ ਖੜੇ ਕਰ ਲਏ। ਜੀ ਹਾਂ, ਉਸੇ ਗਲੀ ਦੀਆਂ ਇੱਟਾਂ ਜੋ ਕਿ ਕਾਂਗਰਸ ਦੇ ਸਰਕਾਰ ਵੇਲੇ ਨਵੀਆਂ ਬਣੀਆਂ ਸੀ ਅਤੇ ਕੁਝ ਕਾਂਗਰਸ ਦੇ ਲੋਕਾਂ ਦੇ ਵੱਲੋਂ ਹੀ ਉਹਨਾਂ ਗਲੀਆਂ ਦੀਆਂ ਇੱਟਾਂ ਨੂੰ ਪੱਟ ਕੇ ਆਪਣੇ ਘਰ ਬਣਾ ਲਏ ਗਏ ਨੇ ਕਿ ਹਾਂ ਸਾਡੀ ਸਰਕਾਰ ਹੈ ਤੇ ਅਸੀਂ ਜੋ ਮਰਜ਼ੀ ਕੁਝ ਕਰੀਏ। ਜਿਸਦੀ ਕਿ ਵੀਡੀਓ ਸਾਹਮਣੇ ਆਈ ਹੈ, ਜ਼ਿਲ੍ਹਾ ਤਰਨ ਤਾਰਨ ਤੋਂ ਮਾਮਲਾ ਸਾਹਮਣੇ ਆਇਆ ਹੈ, ਪਰ ਇਹ ਇਕੱਲੇ ਪਿੰਡ ਦਾ ਮਾਮਲਾ ਨਹੀਂ, ਹੋਰ ਵੀ ਬਹੁਤ ਪਿੰਡਾਂ ਦੇ ਵਿੱਚ ਅਜਿਹੇ ਕਪਲੇਵਾਜੀ ਹੋਈ ਹੈ ਜਿੱਥੇ ਕਿ ਕਾਂਗਰਸ ਦੇ ਲੋਕਾਂ ਦੇ ਵੱਲੋਂ ਨਵੀਆਂ ਬਣੀਆਂ ਗਲੀਆਂ ਦੀਆਂ ਇੱਟਾਂ ਪੱਟ ਕੇ ਆਪਣੇ ਘਰਾਂ ਦੇ ਵਿੱਚ ਲਗਾ ਲਈਆਂ ਗਈਆਂ ਤੇ ਇਸ ਦੇ ਵਿੱਚ ਵੱਡੇ ਅਫਸਰਾਂ ਦੀ ਵੀ ਮਿਲੀ ਭੁਗਤ ਦੱਸੀ ਜਾ ਰਹੀ ਹੈ। ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਜਿਹੜੀ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਹੈ, ਆਮ ਆਦਮੀ ਪਾਰਟੀ ਦੀ ਸਰਕਾਰ, ਜਿਨ੍ਹਾਂ ਦੇ ਕੁਝ ਬੰਦਿਆਂ ਦੇ ਵਿਅਕਤੀਆਂ ਦੀ ਮਿਲੀ ਭੁਗਤ ਇਸ ਕੰਮ ਦੇ ਵਿੱਚ ਨਜ਼ਰ ਆ ਰਹੀ ਹੈ, ਜੋ ਕਿ ਜਿਨ੍ਹਾਂ ਦੇ ਵੱਲੋਂ ਅਜਿਹਾ ਕੰਮ ਕੀਤਾ ਗਿਆ ਕਾਂਗਰਸ ਦੇ ਵਿਅਕਤੀਆਂ ਦੇ ਵੱਲੋਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੀ ਹਾਂ, ਜੋ ਇਹ ਮਾਮਲਾ ਹੈ ਤਰਨ ਤਾਰਨ ਤੋਂ ਸਾਹਮਣੇ ਆਇਆ, ਜਿਸਦੀ ਕਿ ਵੀਡੀਓ ਸਾਡੇ ਸਾਹਮਣੇ ਆਈ ਹੈ ਤੇ ਅਸੀਂ ਪਹਿਲਾਂ ਤੁਹਾਨੂੰ ਵੀ ਵੀਡੀਓ ਦਿਖਾਉਣਾ ਚਾਹੁੰਦੇ ਹਾਂ ਕਿ ਉਹ ਗਲੀ ਜੋ ਕਿ ਕਾਂਗਰਸ ਸਰਕਾਰ ਦੇ ਵੇਲੇ ਤਿਆਰ ਕੀਤੀ ਗਈ ਸੀ ਪਰ ਕਾਂਗਰਸ ਦੇ ਹੀ ਕੁਝ ਵਿਅਕਤੀਆਂ ਦੇ ਵੱਲੋਂ ਗਲੀ ਦੀਆਂ ਇੱਟਾਂ ਪੱਟ ਕੇ ਆਪਣੇ ਘਰ ਲਗਾ ਲਈਆਂ ਜਾਂਦੀਆਂ ਨੇ ਤੇ ਅੱਜ ਉਸ ਗਲੀ ਦਾ ਹਾਲ ਕੀ ਹੈ ਤਾਂ ਤੁਸੀਂ ਵੀ ਦੇਖ ਕੇ ਹੈਰਾਨ ਰਹਿ ਜਾਵੋਗੇ। ਸੋ ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਉਸ ਗਲੀ ਦਾ ਹਾਲ। ਗੁੱਦਾ ਤਹਿਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਦੀ ਹੈ। ਇਹ ਗਲੀ ਇੱਕ ਚਰਚਾ ਦਾ ਵਿਸ਼ਾ ਬਣੀ। ਮੇਰੇ ਇੱਕ ਕਿਸਾਨ ਆਗੂ ਨੇ ਮੈਨੂੰ ਇਹ ਦੱਸਿਆ ਇਹਦੇ ਬਾਰੇ ਕਿ ਪਿੰਡ ਦੇ ਕੁਝ ਕਾਂਗਰਸੀ ਆਗੂਆਂ ਵੱਲੋਂ ਜਦੋਂ ਉਹਨਾਂ ਦੀ ਸਰਕਾਰ ਸੀ ਉਸ ਟਾਈਮ ਇਸ ਗਲੀ ਦੀਆਂ ਸਰਕਾਰੀ ਇੱਟਾਂ ਸੀ ਜੋ ਉਹ ਪੁੱਟ ਲਈਆਂ ਗਈਆਂ, ਪੁੱਟ ਕੇ ਤੇ ਆਪਣੇ ਘਰ ਦੇ ਵਿੱਚ ਲਾ ਲਈਆਂ ਗਈਆਂ, ਕਈਆਂ ਨੇ ਮਕਾਨ ਬਣਾ ਲਏ, ਕਿਉਂਕਿ ਉਹ ਕਹਿੰਦੇ ਸਾਡੀ ਕਾਂਗਰਸ ਸਰਕਾਰ ਆ ਅਤੇ ਹੁਣ ਅਸੀਂ ਇਹ ਕੁਛ ਨਹੀਂ ਕਰਨਾ ਅਤੇ ਕਰਨਾ ਕਦੋਂ ਆ। ਵੇਖੋ ਲੋਕਾਂ ਦੀ ਸੋਚ ਦੇਖੋ, ਇਹ ਸਾਰਾ ਕੁਛ ਕਿਹਦੀ ਮਿਲੀ ਭੁਗਤ ਨਾਲ ਹੋਇਆ? ਇੱਕ BDPO ਅਤੇ ਇੱਕ ਪਿੰਡ ਦੇ ਵਿੱਚ ਜਿਹੜਾ ਸੈਕਟਰੀ ਸੀਗਾ। ਇਹ ਇੱਕ ਪਿੰਡ ਦੀ ਕਹਾਣੀ ਨਹੀਂ ਗੀ, ਇਹ ਬੜੇ ਸੈਂਕੜੇ ਪਿੰਡ ਨੇ ਜਿਨ੍ਹਾਂ ਦੀ ਇਹ ਕਹਾਣੀ ਹੈ, ਸੇਮ ਹੋਇਆ। ਪਰ ਮੈਂ ਹੈਰਾਨ ਹੋ ਗਿਆ, ਵੇਖੋ ਇਹ ਗਲੀ ਵੱਲ ਮੈਨੂੰ ਵੇਖ ਕੇ ਤਰਸ ਆਉਂਦੇ ਆ, ਵਿਚਾਰੀ ਗਲੀ, ਵਿਚਾਰੀ ਕਿਉਂ ਲੱਗੀਆਂ ਹੋਈਆਂ ਇੱਟਾਂ ਪੁੱਟ ਕੇ ਲੋਕ ਘਰੇ ਲੈ ਗਏ ਸਰਕਾਰੀ, ਕਿਉਂਕਿ ਭਾਈ ਉਹਨਾਂ ਦੀ ਸਰਕਾਰ ਸੀ, ਕਾਂਗਰਸ ਸਰਕਾਰ ਸੀ। ਹੁਣ ਵਾਲੀ ਜਿਹੜੀ ਝਾੜੂ ਸਰਕਾਰ ਆ ਇਹ ਇਹਨਾਂ ਨੂੰ ਬਚਾਉਣ 'ਤੇ ਲੱਗੀ ਆ, ਵੀ ਚੋਰਾਂ ਦਾ ਬਚਾਅ ਕਰਨ ਲਈ, ਕਿਉਂਕਿ ਹੋ ਸਕਦਾ ਕੋਈ ਨਾ ਕੋਈ ਹਿੱਸਾ ਪੱਤੀ ਹੋ ਗਈ ਹੋਵੇ। ਪਰ ਵੇਖੋ ਤੁਹਾਡੇ ਸਾਹਮਣੇ ਇੱਕ ਰਿਕਾਰਡ ਆ, ਇਹ ਗਲੀ ਦੇ ਵਿੱਚ ਕਿਸੇ ਟਾਈਮ ਸਰਕਾਰੀ ਇੱਟ ਲੱਗੀ ਹੋਈ ਸੀ ਅਤੇ ਸਾਲ ਪਹਿਲਾਂ ਇਹ ਪੁੱਟ ਲਈ ਗਈ ਆ, ਸ਼ਰੇਆਮ ਦਿਨੇ ਚਿੱਟੇ ਦਿਨ ਕਿ ਸਾਡੀ ਸਰਕਾਰ ਆ, ਅਸੀਂ ਘਰਾਂ ਦੇ ਵਿੱਚ ਪੁੱਟ ਕੇ ਗਲੀਆਂ ਦੀਆਂ ਇੱਟਾਂ ਲਾ ਲਈਆਂ।
ਇਹ ਹਾਲਾਤ ਨੇ ਅੱਜ ਸਾਡੇ ਪੰਜਾਬ ਦੇ। ਅੱਜ ਭਾਈ ਸਾਡੀ ਸਰਕਾਰ ਆ ਗਲੀ ਪੱਟ ਕੇ ਲਾ ਲਈ ਆ, ਕੱਲ੍ਹ ਨੂੰ ਸਾਡੀ ਸਰਕਾਰ ਉਹ ਵੀ ਸੜਕ ਵੀ ਪੱਟ ਸਕਦੇ ਆ, ਹੁਣ ਵਾਲੇ ਸੜਕ ਪੱਟ ਲੈਣਗੇ ਇਸ ਤਰ੍ਹਾਂ ਦੇ। ਪਰ ਮੰਗ ਕਰਦੇ ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ, ਇਹੋ ਜਿਹੇ ਗੰਦੇ ਲੋਕ ਓਪਨ ਹੋਣੇ ਚਾਹੀਦੇ ਆ, ਇਹਨਾਂ 'ਤੇ ਵੱਧ ਤੋਂ ਵੱਧ ਕਾਰਵਾਈ ਹੋਵੇ। ਜਿਹੜੇ ਨਾਲ ਇਹਨਾਂ ਦੇ ਅਫਸਰ ਮਿਲੇ ਹੋਏ ਆ ਉਹਨਾਂ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਆ, ਅਤੇ ਤਾਂ ਜੋ ਗਾਂਹ ਤੋਂ ਥੋੜ੍ਹਾ ਜਿਹਾ ਅਕਲ ਆਵੇ। ਬਹੁਤ ਵੱਡੇ ਲੈਵਲ 'ਤੇ ਘਪਲੇਬਾਜ਼ੀਆਂ ਵੇਖਣ ਡਏ ਹਾਂ, ਨਰੇਗਾ ਦੇ ਵਿੱਚ ਵੇਖਣ ਡਏ ਹਾਂ। ਆਹ ਵੇਖ ਲਓ ਜਿਹੜੀ ਹੁਣ ਗਲੀ ਵਾਲਾ ਸਿਸਟਮ ਹੀ ਦਿਸ ਪਿਆ ਨੇ ਵੀ ਗਲੀ ਸਰਕਾਰੀ, ਇਹਦੇ ਵਿੱਚ ਸਰਕਾਰੀ ਇੱਟ ਲੱਗੀ ਹੋਈ ਸੀ ਅਤੇ ਪੁੱਟ ਲਈ ਗਈ ਸ਼ਰੇਆਮ ਚਿੱਟੇ ਦਿਨ, ਅਤੇ ਪੁੱਟ ਕੇ ਇੱਟ ਆਪਦੇ ਮਕਾਨ ਬਣਾ ਲਏ ਲੋਕਾਂ ਨੇ, ਕਾਂਗਰਸੀ ਲੋਕਾਂ ਨੇ। ਅਤੇ ਜੇ ਮੈਂ ਹੁਣ ਇਹ ਗੱਲ ਕੀਤੀ ਹੈ ਤਾਂ ਪਤਾ ਨਹੀਂ ਹੁਣ ਮੈਂ ਕਿੱਡਾ ਕੁ ਭੈੜਾ ਲੱਗਣਾ, ਕਈਆਂ ਨੇ ਮੈਨੂੰ ਧਮਕੀਆਂ ਦੇਣੀਆਂ ਆ, ਪਰ ਇਹ ਜਿਹੜੇ ਰਿਵਾਜ਼ ਖਤਮ ਕਰਨੇ ਪੈਣੇ ਆ, ਨਹੀਂ ਤਾਂ ਖਤਮ ਕਹਾਣੀ ਪੰਜਾਬ ਦੀ ਇਹ ਲੋਕ ਕਰੀ ਆਉਂਦੇ ਆ। ਜਿਹੜੇ ਅਸਲ ਪੰਜਾਬੀ ਆ ਉਹ ਉਹਦੀ ਮਿਹਨਤ 'ਤੇ ਧਿਆਨ ਰੱਖਦੇ, ਜਿਹੜੇ ਚੋਰ ਟਾਈਪ ਲੋਕ ਆ ਸਿਆਸੀ ਲੋਕ ਨੇ ਇਹ ਮਿਲ ਕੇ ਅਤੇ ਕੰਮ ਖਰਾਬ। ਡੀ ਸੀ ਸਾਹਿਬ ਤਰਨ ਤਾਰਨ ਸਾਹਿਬ ਦੇ ਅੱਗੇ ਸਾਡੇ ਵੱਲੋਂ ਇੱਕ ਬੇਨਤੀ ਆ, ਇਸ ਚੀਜ਼ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ, ਇਨਕੁਆਇਰੀ ਹੋਣੀ ਚਾਹੀਦੀ ਆ। ਜਿਹੜੇ ਜਿਹੜੇ ਅਫਸਰ ਵਿੱਚ ਇਨਵੋਲਵ ਆ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਆ, ਜੋ ਕਿ ਪੰਜਾਬ ਦੇ ਲੋਕਾਂ ਦੁਆਰਾ ਖਜ਼ਾਨਾ ਜਿਹੜਾ ਭਰਿਆ ਜਾਂਦਾ ਹੈ ਉਸ ਖਜ਼ਾਨੇ ਦੇ ਵਿੱਚੋਂ ਗ੍ਰਾਂਟਾਂ ਜਾਰੀ ਹੁੰਦੀਆਂ, ਇੱਟਾਂ ਲੱਗਦੀਆਂ ਅਤੇ ਉਹਨਾਂ ਨੂੰ ਪੁੱਟ ਕੇ ਕਿਉਂ ਲੈ ਕੇ ਜਾਂਦੇ ਲੋਕ, ਇਹਦੇ ਵਿੱਚ ਕਈ ਕਈ ਵੱਡੀਆਂ ਘਪਲੇਬਾਜ਼ੀਆਂ ਹੁੰਦੀਆਂ ਆ। ਕਈ ਪਿੰਡਾਂ ਦੇ ਵਿੱਚ ਹੁਣ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਕਰਨ ਲੱਗਾ ਹਾਂ, ਕਈ ਪਿੰਡਾਂ ਦੇ ਵਿੱਚ 5-5, 4-4 ਕਰੋੜ ਰੁਪਈਆ ਨਰੇਗਾ ਦਾ ਆ ਗਿਆ, ਲੋਕਾਂ ਨੇ ਕੰਮ ਕੀਤਾ ਨਰੇਗਾ ਦਾ, ਲੋਕਾਂ ਦੇ ਨਾਂ ਲਿਖੇ ਰਹਿ ਗਏ ਪਰ ਉਹਨਾਂ ਦੇ ਖਾਤਿਆਂ 'ਚੋਂ ਪੈਸੇ ਵੀ ਘੁੰਮ ਗਏ ਪਰ ਉਹਨਾਂ ਦੇ ਘਰ ਨਹੀਂ ਗਏ, ਖਾਤੇ ਵੀ ਬਾਹਰੋਂ ਬਾਹਰ ਬਣ ਗਏ, ਏਟੀਐਮ ਅਗਲਿਆਂ ਦੀਆਂ ਜੇਬਾਂ 'ਚ ਰਹੇ, ਬਾਹਰੋਂ ਬਾਹਰ ਅਗਲੇ ਕਢਾਈ ਗਏ, ਅਤੇ ਪਿੰਡ ਦੇ ਲੋਕ ਹੈਰਾਨ ਹੋ ਗਏ ਵੀ ਸਾਡੇ ਖਾਤਿਆਂ ਦੇ ਵਿੱਚ ਪੈਸੇ ਆਏ ਅਤੇ ਸਾਨੂੰ ਪਤਾ ਵੀ ਨਹੀਂ ਲੱਗਾ ਅਤੇ ਖਾਤੇ ਦਾ ਵੀ ਨਹੀਂ ਪਤਾ। ਇੰਨੀ ਵੱਡੀ ਘਪਲੇਬਾਜ਼ੀ, ਨਰੇਗਾ ਦਾ ਜਿਹੜਾ ਜੋਬ ਕਾਰਡ ਬਣਦਾ ਆ ਉੱਤੇ ਫੋਟੋ ਕਿਸੇ ਦੀ ਆ, ਨਾਂ ਕਿਸੇ ਦਾ ਆ, ਅਕਾਊਂਟ ਕਿਸੇ ਦਾ ਆ, ਅਤੇ ਏਟੀਐਮ ਕਿਸੇ ਦੇ ਕੋਲ ਪਿਆ। ਜਿਹੜੇ ਸਿਆਸੀ ਲੋਕਾਂ ਦੇ ਕੌਲੀਆਂ ਚਮਚੀ ਉਹਨਾਂ ਨੇ ਆਹ ਕੰਮ ਕੀਤਾ। ਪੱਟੀ ਹਲਕੇ ਦੇ ਵਿੱਚ ਜਿੰਨੇ ਪਿੰਡ ਪੈਂਦੇ ਆ, ਆਪਾਂ ਇਹਨਾਂ ਦੀ ਹਫ਼ਤੇ ਕੁ ਬਾਅਦ ਇੱਕ ਪਿੰਡ ਦੀ ਪੋਲ ਖੋਲ੍ਹਿਆ ਕਰਨੀ ਆ, ਕਿਰਪਾ ਕਰਕੇ ਇਹਨਾਂ ਦੇ ਉੱਤੇ ਕਾਰਵਾਈ ਹੋਵੇ ਜੀ, ਮਿਹਰਬਾਨੀ। ਸੋ ਤੁਸੀਂ ਇਹ ਵੀਡੀਓ ਦੇਖ ਕੇ ਹੈਰਾਨ ਰਹਿ ਗਏ ਹੋਵੋਗੇ ਕਿ ਕਿਸ ਤਰ੍ਹਾਂ ਘਪਲੇਬਾਜ਼ੀ ਸਾਡੇ ਪੰਜਾਬ ਦੇ ਵਿੱਚ ਹੋ ਰਹੀ ਹੈ, ਕਿਵੇਂ ਲੋਕ ਜਿਵੇਂ ਕਿ ਭ੍ਰਿਸ਼ਟਾਚਾਰ ਨੂੰ ਬੜਾਵਾ ਦੇ ਰਹੇ ਨੇ, ਤਾਂ ਉਸੇ ਤਰ੍ਹਾਂ ਹੀ ਜੋ ਕਿ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਕਿ ਕਿਸ ਤਰ੍ਹਾਂ ਕਾਂਗਰਸ ਦੀ ਸਰਕਾਰ ਵੇਲੇ ਘਪਲੇਬਾਜ਼ੀਆਂ ਹੋਈਆਂ ਨੇ, ਤੇ ਜੇਕਰ ਹੁਣ ਗੱਲ ਕੀਤੀ ਜਾਵੇ ਸੀਐਮ ਮਾਨ ਨੂੰ, ਅਸੀਂ ਬੇਨਤੀ ਕਰਦੇ ਹਾਂ ਸਾਡੇ ਚੈਨਲ ਦੇ ਜ਼ਰੀਏ ਜਿਨ੍ਹਾਂ ਨੇ ਵੱਡੇ ਵੱਡੇ ਮਗਰ ਮੱਛਾਂ ਤੇ ਨੱਥ ਪਾਈ ਹੈ ਤੇ ਜਿਨ੍ਹਾਂ ਦੇ ਵੱਲੋਂ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਲਈ ਵੱਡਾ ਕਦਮ ਚੁੱਕਿਆ ਗਿਆ, ਸੀਐਮ ਭਗਵੰਤ ਮਾਨ ਦੀ ਸਰਕਾਰ ਜਦੋਂ ਦੀ ਸੱਤਾ ਦੇ ਵਿੱਚ ਆਈ ਹੈ ਤਾਂ ਉਹਨਾਂ ਦੇ ਵੱਲੋਂ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਲਈ ਵੱਡਾ ਉਪਰਾਲਾ ਕੀਤਾ ਗਿਆ, ਕਰਪਸ਼ਨ ਨੂੰ ਰੋਕਣ ਦੇ ਲਈ ਵੱਡਾ ਕਦਮ ਚੁੱਕਿਆ ਗਿਆ, ਤਾਂ ਉਹਨਾਂ ਨੂੰ ਅਸੀਂ ਇਸ ਚੈਨਲ ਦੇ ਜ਼ਰੀਏ ਦਾਇਵਨ ਮੀਡੀਆ ਚੈਨਲ ਦੇ ਜ਼ਰੀਏ ਬੇਨਤੀ ਕਰਦੇ ਹਾਂ ਜਿਨ੍ਹਾਂ ਦੇ ਵੱਲੋਂ ਅਜਿਹਾ ਕੰਮ ਕੀਤਾ ਗਿਆ ਅਜਿਹੇ ਵਿਅਕਤੀਆਂ ਦੇ ਖਿਲਾਫ ਨੱਥ ਪਾਈ ਜਾਵੇ, ਕਿਉਂਕਿ ਉਹਨਾਂ ਨੇ ਜਿਵੇਂ ਕਿ ਵੱਡੇ ਵੱਡੇ ਮਗਰ ਮੱਛਾਂ ਤੇ ਨੱਥ ਪਾਈ ਹੈ, ਧਰਮਸੋਤ ਵਰਗੇ ਜਾਂ ਭਾਰਤ ਭੂਸ਼ਣ ਆਸ਼ੂ ਵਰਗੇ ਜੋ ਅਜੇ ਵੀ ਜੇਲ੍ਹ ਦੇ ਵਿੱਚ ਨੇ ਉਹਨਾਂ ਤੇ ਨੱਥ ਪਾਈ ਹੈ, ਕਰਪਸ਼ਨ ਦੇ ਖਿਲਾਫ ਉਹਨਾਂ ਤੇ ਕਾਰਵਾਈ ਕੀਤੀ ਹੈ, ਤਾਂ ਹੁਣ ਅਸੀਂ ਬੇਨਤੀ ਕਰਦੇ ਹਾਂ ਜਿਨ੍ਹਾਂ ਦੇ ਵੱਲੋਂ ਅਜਿਹਾ ਕੰਮ ਕੀਤਾ ਗਿਆ ਗਲੀ ਦੀਆਂ ਇੱਟਾਂ ਨੂੰ ਪੁੱਟ ਕੇ ਆਪਣੇ ਘਰਾਂ ਦੇ ਵਿੱਚ ਲਗਾਈਆਂ ਗਈਆਂ ਅਤੇ ਮਕਾਨ ਖੜੇ ਕੀਤੇ ਗਏ ਨੇ, ਸੋ ਹੁਣ ਅਸੀਂ ਬੇਨਤੀ ਕਰਦੇ ਹਾਂ ਕਿ ਅਜਿਹੇ ਵਿਅਕਤੀਆਂ ਤੇ ਵੀ ਨੱਥ ਪਾਈ ਜਾ ਸਕੇ, ਤਾਂ ਕਿ ਜੋ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦਿਨੋ ਦਿਨ ਵੱਧ ਰਿਹਾ, ਘਪਲੇਬਾਜ਼ੀ ਹੋ ਰਹੀ ਹੈ, ਤਾਂ ਉਸ ਤੇ ਜਲਦ ਹੀ ਠੱਲ ਪੈ ਸਕੇ। ਸੋ ਇਸ ਵੀਡੀਓ ਬਾਰੇ ਅਤੇ ਇਸ ਘਪਲੇਬਾਜ਼ੀ ਬਾਰੇ ਤੁਹਾਡਾ ਕੀ ਕਹਿਣਾ ਹੈ, ਜੋ ਵੀ ਤੁਹਾਡੇ ਵਿਚਾਰ ਨੇ ਸਾਡੇ ਨਾਲ ਨੀਚੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰ ਸਕਦੇ। ਦੇਖਦੇ ਰਹੋ ਸ਼ਬਦਾਂ ਦੀ ਤਾਕਤ ਏਵਨ ਮੀਡੀਆ, ਤਦ ਤੱਕ ਮੈਨੂੰ ਦਿਓ ਇਜਾਜ਼ਤ, ਧੰਨਵਾਦ।